ਇਟਸ ਯੂਅਰ ਬੋਲੀ ਹੋਲੀ ਬਾਬਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਦੋਸਤ ਜਗਮੀਤ ਬਰਾੜ ਤੇ ਜੀ ਬੋਲੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਸੋਨੀ ਪਾਵਲਾ, ਕੁਲਵਿੰਦਰ ਢਿੱਲੋਂ, ਰਾਜ ਬਰਾੜ ਤੇ ਧਰਮਪ੍ਰੀਤ ਜੀ ਦੀ ਮੌਤ ਦਾ ਅਸਲ ਕਾਰਨ ਕੀ ਸੀ। ਸੋ ਦੋਸਤੋ, ਇਹ ਚਾਰੇ ਕਲਾਕਾਰ ਹੀ ਪੰਜਾਬੀ ਮਾਂ ਬੋਲੀ ਤੇ ਪੰਜਾਬੀ 뮤직 ਇੰਡਸਟਰੀ ਦੇ ਹੀਰੇ ਸਨ। ਇਹਨਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਸੋ ਦੋਸਤੋ, ਇਹਨਾਂ ਦੀ ਡੈਥ ਬਾਰੇ ਆਪਾਂ ਪੂਰੇ ਵਿਸਤਾਰ ਵਿੱਚ ਗੱਲਬਾਤ ਕਰਾਂਗੇ। ਇਹਨਾਂ ਦੀ ਡੈਥ ਦਾ ਕੀ ਕਾਰਨ ਸੀ, ਕਿਵੇਂ ਇਹਨਾਂ ਦੀ ਡੈਥ ਹੋਈ ਸੀ। ਪਰ ਉਸ ਤੋਂ ਪਹਿਲਾਂ ਦੋਸਤੋ, ਮੈਂ ਤੁਹਾਨੂੰ ਫਰਮਾਇਸ਼ ਕਰੂੰਗਾ, ਜੇਕਰ ਤੁਸੀਂ ਆਪਣਾ ਚੈਨਲ ਬੋਲੀ ਹੋਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ, ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ। ਕਿਉਂਕਿ ਦੋਸਤੋ, ਇਸੇ ਤਰ੍ਹਾਂ ਦੀਆਂ ਵੀਡੀਓ ਮੈਂ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ। ਸੋ ਦੋਸਤੋ, ਤੁਹਾਡਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਹੁਣ ਆਪਾਂ ਗੱਲ ਕਰਦੇ ਹਾਂ ਸੋਨੀ ਪਾਵਲਾ ਜੀ ਦੀ ਡੈਥ ਬਾਰੇ। ਦੋਸਤੋ, ਇਹ ਕਾਲਾ ਦਿਨ 14 ਅਕਤੂਬਰ 2006 ਨੂੰ ਚੜਿਆ ਸੀ, ਜਦੋਂ ਸੋਨੀ ਪਾਵਲਾ ਜੀ ਬ੍ਰਾਂਪਟਨ ਕੈਨੇਡਾ ਵਿਖੇ ਇੱਕ ਸ਼ੋਅ ਕਰ ਰਹੇ ਸਨ ਅਤੇ ਉਹਨਾਂ ਦੇ ਫੈਨਸ ਅਤੇ ਔਡੀਅੰਸ ਬਹੁਤ ਜ਼ਿਆਦਾ ਇੰਜੋਏ ਕਰ ਰਹੀ ਸੀ। ਅਤੇ ਦੋਸਤੋ, ਸੋਨੀ ਪਾਵਲਾ ਜੀ ਵੀ ਬਹੁਤ ਵਧੀਆ ਗਾ ਰਹੇ ਸਨ। ਉਹਨਾਂ ਨੇ ਸ਼ੋਅ ਵਿੱਚ ਅਜੇ ਤੱਕ ਕੁਝ ਹੀ ਗਾਣੇ ਗਾਏ ਸਨ, ਤਾਂ ਉਹਨਾਂ ਨੂੰ ਅਚਾਨਕ ਹੀ ਆਪਣੇ ਸਰੀਰ ਵਿੱਚ ਕੋਈ ਨੁਕਸ ਲੱਗਿਆ ਅਤੇ ਉਹ ਸਟੇਜ ਦੇ ਪਿੱਛੇ ਜਾ ਕੇ ਉਹਨਾਂ ਨੇ ਪਾਣੀ ਦਾ ਗਲਾਸ ਮੰਗਿਆ, ਪਰ ਉਹ ਅਚਾਨਕ ਹੀ ਡਿੱਗ ਪਏ ਅਤੇ ਉਹਨਾਂ ਨੂੰ ਹੌਸਪੀਟਲ ਵੱਲ ਵੀ ਲਿਜਾਇਆ ਗਿਆ, ਪਰ ਉਹਨਾਂ ਦੀ ਰਸਤੇ ਵਿੱਚ ਹੀ ਹਾਰਟ ਅਟੈਕ ਆਉਣ ਕਰਕੇ ਮੌਤ ਹੋ ਗਈ। ਅਤੇ ਦੋਸਤੋ, ਇਹ ਦਿਨ ਬਹੁਤ ਹੀ ਬੁਰਾ ਸੀ, ਕਿਉਂਕਿ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ 뮤직 ਇੰਡਸਟਰੀ ਦੇ ਇਸ ਮਹਾਨ ਕਲਾਕਾਰ ਨੇ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਅਤੇ ਆਪਣੇ ਪਿੱਛੇ ਆਪਣੇ ਪਰਿਵਾਰ ਨੂੰ ਅਤੇ ਆਪਣੇ ਲੱਖਾਂ ਫੈਨਸ ਨੂੰ ਰੋਂਦੇ ਵਿਲਕਦੇ ਛੱਡ ਕੇ ਚਲੇ ਗਏ। ਪਰ ਦੋਸਤੋ, ਉਹਨਾਂ ਦੇ ਗੀਤ ਹਮੇਸ਼ਾ ਅਮਰ ਰਹਿਣਗੇ ਅਤੇ ਲੋਕ ਉਹਨਾਂ ਨੂੰ ਹਮੇਸ਼ਾ ਯਾਦ ਰੱਖਣਗੇ ਅਤੇ ਹਮੇਸ਼ਾ ਪਿਆਰ ਕਰਦੇ ਰਹਿਣਗੇ। ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਕੁਲਵਿੰਦਰ ਢਿੱਲੋਂ ਜੀ ਦੀ ਡੈਥ ਬਾਰੇ। ਦੋਸਤੋ, ਕੁਲਵਿੰਦਰ ਢਿੱਲੋਂ ਜੀ ਦੀ ਡੈਥ ਹੋਈ ਸੀ 19 ਮਾਰਚ 2006 ਨੂੰ। ਉਹ ਲੁਧਿਆਣਾ ਤੋਂ ਇੱਕ ਸ਼ੋਅ ਲਗਾ ਕੇ ਵਾਪਸ ਆਪਣੇ ਪਿੰਡ ਪੰਡੂਰੀ ਵੱਲ ਆ ਰਹੇ ਸਨ, ਤਾਂ ਉਹਨਾਂ ਦੀ ਹੋਂਡਾ ਸਿਟੀ ਕਾਰ ਦਾ ਅਚਾਨਕ ਹੀ ਬੈਲੈਂਸ ਵਿਗੜ ਗਿਆ ਅਤੇ ਉਹਨਾਂ ਦੀ ਤੇਜ਼ ਰਫ਼ਤਾਰ ਕਾਰ ਫਗਵਾੜਾ ਬੰਗਾ ਰੋਡ 'ਤੇ ਨੇੜੇ ਬੈਰਮ ਪਿੰਡ ਇੱਕ ਦਰਖਤ ਨਾਲ ਟਕਰਾ ਗਈ ਅਤੇ ਇਸੇ ਟੱਕਰ ਵਿੱਚ ਹੀ ਉਹਨਾਂ ਦੀ ਮੌਕੇ 'ਤੇ ਹੀ ਡੈਥ ਹੋ ਗਈ ਅਤੇ ਉਹਨਾਂ ਦੇ ਨਾਲ ਸਨ ਬਲਜਿੰਦਰ ਸਿੰਘ ਬਿੱਲਾ ਜੀ। ਦੋਸਤੋ, ਕੁਲਵਿੰਦਰ ਢਿੱਲੋਂ ਜੀ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਅਤੇ ਦੋਸਤੋ, ਇਹ ਬਹੁਤ ਹੀ ਮਾੜਾ ਦਿਨ ਸੀ ਜਦੋਂ ਪੰਜਾਬੀ ਮਾਂ ਬੋਲੀ ਦੇ ਇਸ ਸਪੂਤ ਨੇ ਹਮੇਸ਼ਾ ਲਈ ਆਪਣੇ ਫੈਨਸ ਨੂੰ ਅਤੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ਅਤੇ ਆਪਣੇ ਪਿੱਛੇ ਆਪਣਾ ਪਰਿਵਾਰ ਅਤੇ ਲੱਖਾਂ ਰੋਂਦੇ ਵਿਲਕਦੇ ਫੈਨਸ ਨੂੰ ਛੱਡ ਕੇ ਚਲੇ ਗਏ। ਸੋ ਦੋਸਤੋ, ਉਹਨਾਂ ਦੇ ਗੀਤ ਹਮੇਸ਼ਾ ਅਮਰ ਰਹਿਣਗੇ ਅਤੇ ਲੋਕ ਉਹਨਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਣਗੇ। ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਰਾਜ ਬਰਾੜ ਜੀ ਦੀ ਡੈਥ ਬਾਰੇ। ਦੋਸਤੋ, ਇਹ ਕਾਲਾ ਦਿਨ 31 ਦਸੰਬਰ 2016 ਨੂੰ ਚੜਿਆ ਸੀ, ਜਦੋਂ ਰਾਜ ਬਰਾੜ ਜੀ ਦੀ ਮੋਹਾਲੀ ਦੇ ਇੱਕ ਹੌਸਪੀਟਲ ਵਿੱਚ ਲੀਵਰ ਫੇਲ ਹੋਣ ਕਰਕੇ ਡੈਥ ਹੋ ਗਈ ਸੀ। ਅਤੇ ਦੋਸਤੋ, ਰਾਜ ਬਰਾੜ ਜੀ ਦਾ ਘਾਟਾ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ 뮤직 ਇੰਡਸਟਰੀ ਵਿੱਚ ਕਦੇ ਵੀ ਪੂਰਾ ਨਹੀਂ ਹੋ ਸਕਦਾ। ਉਹ ਬਹੁਤ ਹੀ ਵਧੀਆ ਕਲਾਕਾਰ ਸਨ, ਬਹੁਤ ਵਧੀਆ ਇਨਸਾਨ ਸਨ ਅਤੇ ਦੋਸਤੋ, ਉਹ ਆਪਣੇ ਪਿੱਛੇ ਆਪਣੇ ਪਰਿਵਾਰ ਅਤੇ ਆਪਣੇ ਲੱਖਾਂ ਫੈਨਸ ਨੂੰ ਛੱਡ ਕੇ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਪਰ ਦੋਸਤੋ, ਉਹਨਾਂ ਦੇ ਗੀਤ ਹਮੇਸ਼ਾ ਅਮਰ ਰਹਿਣਗੇ ਅਤੇ ਲੋਕ ਉਹਨਾਂ ਨੂੰ ਹਮੇਸ਼ਾ ਹੀ ਪਿਆਰ ਕਰਦੇ ਰਹਿਣਗੇ। ਦੋਸਤੋ, ਹੁਣ ਆਪਾਂ ਗੱਲ ਕਰਦੇ ਹਾਂ ਧਰਮਪ੍ਰੀਤ ਜੀ ਦੀ ਡੈਥ ਬਾਰੇ। ਦੋਸਤੋ, ਇਹ ਕੁਲੈਣਾ ਦਿਨ 8 ਜੂਨ 2015 ਨੂੰ ਚੜਿਆ, ਜਦੋਂ ਧਰਮਪ੍ਰੀਤ ਜੀ ਨੇ ਬਠਿੰਡਾ ਵਿਖੇ ਆਪਣੇ ਘਰ ਵਿੱਚ ਹੀ ਖੁਦਕੁਸ਼ੀ ਕਰ ਲਈ। ਦੋਸਤੋ, ਉਹਨਾਂ ਦੀ ਡੈਥ ਦੇ ਲੋਕ ਅਲੱਗ ਅਲੱਗ ਰੀਜ਼ਨ ਦੱਸਦੇ ਆ, ਕਾਰਨ ਦੱਸਦੇ ਆ। ਕੋਈ ਕਹਿੰਦਾ ਕਿ ਉਹਨਾਂ ਨੇ ਆਰਥਿਕ ਤੰਗੀ ਕਰਕੇ ਖੁਦਕੁਸ਼ੀ ਕੀਤੀ, ਕੋਈ ਕਹਿੰਦਾ ਕਿ ਉਹਨਾਂ ਨੇ ਘਰੇਲੂ ਕਾਰਨਾਂ ਕਰਕੇ ਖੁਦਕੁਸ਼ੀ ਕੀਤੀ। ਪਰ ਦੋਸਤੋ, ਜਿੱਥੋਂ ਤੱਕ ਵੀ ਸਾਨੂੰ ਨਿਊਜ਼ ਮਿਲੀ ਆ ਕਿ ਉਹ ਪਾਇਰਸੀ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸਨ, ਕਿਉਂਕਿ ਇੱਕ ਸਮਾਂ ਇਹ ਸੀ ਜਦੋਂ ਧਰਮਪ੍ਰੀਤ ਜੀ ਦੀਆਂ ਲੱਖਾਂ ਦੀ ਗਿਣਤੀ ਵਿੱਚ ਐਲਬਮਸ ਵਿਕਦੀਆਂ ਸਨ। ਪਰ ਦੋਸਤੋ, ਅੱਜ ਕੱਲ੍ਹ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਪਾਇਰਸੀ ਬਹੁਤ ਜ਼ਿਆਦਾ ਵੱਧ ਚੁੱਕੀ ਆ, ਕੋਈ ਐਲਬਮ ਨਹੀਂ ਵਿਕਦੀਆਂ ਅਤੇ ਲੋਕ ਬਸ ਇੰਟਰਨੈਟ ਤੋਂ ਹੀ ਡਾਊਨਲੋਡ ਕਰ ਲੈਂਦੇ। ਇਸੇ ਕਰਕੇ ਹੀ ਉਹ ਅੰਦਰੋਂ ਅੰਦਰੀ ਪਰੇਸ਼ਾਨ ਸਨ ਅਤੇ ਉਹਨਾਂ ਨੇ ਆਪਣੀ ਪਰੇਸ਼ਾਨੀ ਕਿਸੇ ਦੋਸਤ ਮਿੱਤਰ ਨਾਲ ਵੀ ਨਹੀਂ ਸ਼ੇਅਰ ਕੀਤੀ। ਸੋ ਦੋਸਤੋ, ਇਸੇ ਜੱਦੋ ਜਹਿਦ ਵਿੱਚ ਉਹ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰ ਸਕੇ ਅਤੇ ਉਹਨਾਂ ਨੇ ਸੁਸਾਈਡ ਕਰ ਲਿਆ ਅਤੇ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ। ਬਾਕੀ ਦੋਸਤੋ, ਧਰਮਪ੍ਰੀਤ ਜੀ ਦੀ ਡੈਥ ਦਾ ਕੋਈ ਵੀ ਕਾਰਨ ਰਿਹਾ ਹੋਵੇ, ਪਰ ਦੋਸਤੋ, ਧਰਮਪ੍ਰੀਤ ਜੀ ਦਾ ਘਾਟਾ ਪੰਜਾਬੀ 뮤직 ਇੰਡਸਟਰੀ ਵਿੱਚ ਕਦੇ ਵੀ ਪੂਰਾ ਨਹੀਂ ਹੋ ਸਕਦਾ ਅਤੇ ਉਹਨਾਂ ਦੇ ਗੀਤ ਹਮੇਸ਼ਾ ਅਮਰ ਰਹਿਣਗੇ ਅਤੇ ਲੋਕ ਰਹਿੰਦੀ ਦੁਨੀਆਂ ਤੱਕ ਉਹਨਾਂ ਨੂੰ ਯਾਦ ਰੱਖਣਗੇ। ਦੋਸਤੋ, ਇਹ ਚਾਰੇ ਹੀ ਕਲਾਕਾਰ ਪੰਜਾਬੀ 뮤직 ਇੰਡਸਟਰੀ ਦੇ ਹੀਰੇ ਸਨ, ਇਹਨਾਂ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਸੋ ਦੋਸਤੋ, ਜਦੋਂ ਤੱਕ ਵੀ ਪੰਜਾਬੀ 뮤직 ਨੂੰ ਪਿਆਰ ਕਰਨ ਵਾਲੇ ਰਹਿਣਗੇ, ਤਾਂ ਸੋਨੀ ਪਾਵਲਾ ਜੀ, ਕੁਲਵਿੰਦਰ ਢਿੱਲੋਂ ਜੀ, ਰਾਜ ਬਰਾੜ ਜੀ
ਉੱਤੇ ਧਰਮਪ੍ਰੀਤ ਜੀ ਦਾ ਨਾਮ ਆਵੇਗਾ ਅਤੇ ਲੋਕ ਹਮੇਸ਼ਾ ਇਹਨਾਂ ਦੇ ਗੀਤ ਸੁਣਦੇ ਰਹਿਣਗੇ। ਸੋ ਦੋਸਤੋ ਇਸ ਵੀਡੀਓ ਵਿੱਚ ਇੰਨਾ ਹੀ। ਦੋਸਤੋ ਜੇਕਰ ਤੁਸੀਂ ਸੋਨੀ ਪਾਵਲਾ ਜੀ, ਕੁਲਵਿੰਦਰ ਢਿੱਲੋਂ ਜੀ, ਰਾਜ ਬਰਾੜ ਸਾਹਿਬ ਅਤੇ ਧਰਮਪ੍ਰੀਤ ਜੀ ਨੂੰ ਪਿਆਰ ਕਰਦੇ ਅਤੇ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ। ਅਤੇ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ। ਬਾਕੀ ਦੋਸਤੋ ਆਪਣਾ ਬੌਲੀ ਹੌਲੀ ਬਾਬਾ ਦੇ ਨਾਮ ਦਾ ਫੇਸਬੁੱਕ 'ਤੇ ਪੇਜ ਬਣਿਆ, ਉਹ ਪੇਜ ਜ਼ਰੂਰ ਲਾਈਕ ਕਰ ਲਓ। ਤੁਸੀਂ ਆਪਣੀ ਫਰਮਾਇਸ਼ ਮੈਨੂੰ ਤੁਸੀਂ ਉੱਥੇ ਦੱਸ ਸਕਦੇ ਹੋ ਅਤੇ ਮੈਂ ਤੁਹਾਡੀ ਫਰਮਾਇਸ਼ ਜਲਦੀ ਤੋਂ ਜਲਦੀ ਪੂਰੀ ਕਰਨ ਦੀ ਕੋਸ਼ਿਸ਼ ਕਰੂੰਗਾ। ਪਰ ਅੰਤ ਵਿੱਚ ਮੈਂ ਤੁਹਾਨੂੰ ਫਰਮਾਇਸ਼ ਜ਼ਰੂਰ ਕਰੂੰਗਾ ਕਿ ਜੇਕਰ ਤੁਸੀਂ ਆਪਣਾ ਚੈਨਲ ਬੌਲੀ ਹੌਲੀ ਬਾਬਾ ਅਜੇ ਤੱਕ ਵੀ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਸ ਵੀਡੀਓ ਦੇ ਨੀਚੇ ਜਿਹੜਾ ਰੈੱਡ ਕਲਰ ਦਾ ਸਬਸਕ੍ਰਾਈਬ ਦਾ ਬਟਨ ਆ ਰਿਹਾ ਉਸ 'ਤੇ ਆਪਣਾ ਇੱਕ ਪਿਆਰਾ ਜਿਹਾ ਕਲਿੱਕ ਕਰਕੇ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਓ, ਕਿਉਂਕਿ ਮੈਂ ਇਸੇ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦਾ ਰਹੂੰਗਾ। ਸੋ ਜੀ ਇਹਨੇ ਸ਼ਬਦਾਂ ਨਾਲ ਲੈਣੇ ਆ ਅੱਜ, ਸਤਿ ਸ਼੍ਰੀ ਅਕਾਲ ਜੀ।